ਹਾਂਜੀ ਮਾਲਵਾ ਬੈਟਲਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਾਰਸ਼ਿਕਾ ਸੋ ਸਾਰਿਆਂ ਨੂੰ ਮੁਬਾਰਕਾਂ ਜੀ ਅੱਜ ਦੀ ਪਹਿਲੀ ਕਲਾਸ ਹੈ ਮੰਨਿਆ ਕਿ ਮੇਰੇ ਕੋਲ ਵਾਈਟ ਬੋਰਡ ਤੇ ਸਕੈਚ ਹੈ ਨਹੀਂ ਪਰ ਐਕਸਪੀਰੀਅੰਸ ਬਹੁਤ ਵਧੀਆ ਜੀ ਇੱਕ ਵਾਰੀ ਤੁਸੀਂ ਵੀਡੀਓ ਨੂੰ ਪੂਰਾ ਵੇਖਿਓ ਪਿਆਰ ਦਿਓ ਤੁਹਾਨੂੰ ਜੇ ਇਹ ਵੀਡੀਓ ਤੋਂ ਇਲਾਵਾ ਜੇ ਕਿਸੇ ਹੋਰ ਵੀਡੀਓ ਨੂੰ ਵੇਖਣ ਦੀ ਲੋੜ ਨਹੀਂ ਜਿਹੜੇ ਮੇਰੇ ਵੀਰਾਂ ਨੇ 10 ਵੀਡੀਓ ਦੇ ਵਿੱਚ ਤੁਹਾਨੂੰ ਗੱਲਾਂ ਦੱਸਣੀਆਂ ਉਹ ਤੁਹਾਨੂੰ ਇੱਕੋ ਵੀਡੀਓ ਦੇ ਵਿੱਚ ਮੈਂ ਬਹੁਤ ਸੋਹਣੇ ਤਰੀਕੇ ਨਾਲ ਸਮਝਾਉਂਗਾ ਤੇ ਉਦੋਂ ਵਾਰ ਤੁਹਾਨੂੰ ਯਾਦ ਵੀ ਰਹਿਣਗੀਆਂ ਸੋ ਆਪਾਂ ਅੱਜ ਫੈਮਿਲੀ ਟਰੀ ਕਰਾਂਗੇ ਇਹ ਬੇਸਿਕਸ ਹੈ ਜਦ ਚੈਪਟਰ ਕਰਦੇ ਆ ਸੋ ਇਹ ਬਹੁਤ ਈਜ਼ੀ ਹੈ ਠੀਕ ਹੈ ਜੀ ਪਹਿਲਾਂ ਤੁਹਾਨੂੰ ਇਹ ਸਮਝਣਾ ਹੀ ਪੈਣਾ ਚਾਹੇ ਤੁਸੀਂ ਬਲੱਡ ਰਿਲੇਸ਼ਨ ਚੈਪਟਰ ਨੂੰ ਕਦੇ ਹੱਥ ਨਹੀਂ ਲਾਇਆ ਫਿਰ ਵੀ ਟਾਇਲ ਲਾਇਆ ਵੀ ਹੈ ਪਰ ਤੁਹਾਨੂੰ ਸਮਝਣਾ ਪੈਣਾ ਹੈ ਪੇਪਰ ਦੇ ਨੇੜੇ ਤੁਹਾਨੂੰ ਇਸ ਤੋਂ ਬਿਨਾ ਤੁਸੀਂ ਹੱਲ ਨਹੀਂ ਕਰ ਸਕੋਗੇ ਕੁਐਸਚਨ ਠੀਕ ਹੈ ਸੋ ਸਮਝੋ ਠੀਕ ਹੈ ਕੀ ਚੀਜ਼ ਹੈ ਸੋ ਅੱਜ ਆਪਾਂ ਬਣੀ ਗੱਲਾਂ ਨਹੀਂ ਕਰਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਤੁਹਾਨੂੰ ਸਮਝ ਆਇਆ ਤੇ ਕਮੈਂਟ ਸੈਕਸ਼ਨ ਵਿੱਚ ਸੁਝਾਅ ਜ਼ਰੂਰ ਦਿਓ ਜੇ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਹੈ ਤੇ ਇਸ ਦਾ ਸਕਰੀਨਸ਼ਾਟ ਐਂਡ ਤੇ ਜ਼ਰੂਰ ਲੈਣਾ ਤੇ ਉਸ ਨੂੰ ਆਪ ਵੀ ਤੁਸੀਂ ਡਰਾ ਕਰਕੇ ਆਪਣੀ ਕੰਧ ਦੇ ਉੱਤੇ ਲਗਾ ਲੈਣਾ ਤਾਂ ਕਿ ਤੁਹਾਨੂੰ ਡੇਲੀ ਸਮਝ ਆਵੇ ਤੇ ਪੇਪਰ ਦੇ ਵਿੱਚ ਤਿੰਨ ਜਾਂ ਚਾਰ ਕੁਸ਼ਚਨ ਇਹਦੇ ਆਉਂਦੇ ਆ ਠੀਕ ਹੈ ਜੀ ਪੰਜਾਬ ਪੁਲਿਸ ਤੇ ਕਨਸਟੇਬਲ ਤੇ ਸਬ ਇੰਸਪੈਕਟਰ ਦੇ ਚਾਰ ਕੁਸ਼ਚਨ ਆਇਆ ਸੀ ਪਿਛਲੇ ਸਾਲਾਂ ਚ ਤੇ ਚਾਰੇ ਦੇ ਚਾਰੇ ਆਪਾਂ ਹਰੇਕ ਟਾਈਪ ਕਰਾਂਗੇ ਕਿਸ ਟਾਈਪ ਚ ਵੀ ਆ ਸਕਦੇ ਆ ਠੀਕ ਹੈ ਜੀ ਕਬਰ ਆਈ ਉਹਨਾਂ ਪਹਿਲਾਂ ਅੱਜ ਦੇ ਦਿਨ ਦੀ ਜਿਹੜੀ ਮੇਨ ਕਲਾਸ ਹੈ ਇਹਨੂੰ ਜ਼ਰੂਰ ਲਾਓ ਸੋ ਪਹਿਲਾਂ ਕੀ ਹੈ ਮੇਰੇ ਦੋਸਤੋ ਆ ਬ੍ਰਦਰ ਐਂਡ ਸਿਸਟਰ ਨੂੰ ਤੁਸੀਂ ਭੈਣ ਭਰਾ ਉਹ ਘਰੇ ਵਿੱਚ ਠੀਕ ਹੈ ਆ ਤੁਸੀਂ ਉਹ ਆ ਤੁਹਾਡੀ ਭੈਣ ਹੈ ਠੀਕ ਹੈ ਜੀ ਹੁਣ ਤੁਹਾਡੀ ਤੁਸੀਂ ਤੁਹਾਡੇ ਦੋਵਾਂ ਦੇ ਇੱਕ ਮ ਇਹ ਪੰਜਾਬੀ ਚ ਵੀ ਦੱਸਾਂਗੇ ਆਪਾਂ ਤੁਹਾਨੂੰ ਤੇ ਇੰਗਲਿਸ਼ ਚ ਵੀ ਠੀਕ ਆ ਆ ਤੁਹਾਡੀ ਮਦਰ ਜਿਹਨੂੰ ਤੁਸੀਂ ਮੰਮਾ ਕਹਿੰਦੇ ਹੋ ਠੀਕ ਆ ਆ ਤੁਹਾਡੇ ਫਾਦਰ ਜਿਹਨੂੰ ਤੁਸੀਂ ਪਾਪਾ ਕਹਿੰਦੇ ਹੋ ਠੀਕ ਆ ਹੁਣ ਮਦਰ ਫਾਦਰ ਆ ਇਹ ਤੁਹਾਡੀ ਆ ਗਈ ਫਰਸਟ ਜਨਰੇਸ਼ਨ ਫਰਸਟ ਜਨਰੇਸ਼ਨ ਇਹ ਜਿਹੜੀਆਂ ਜਨਰੇਸ਼ਨਾਂ ਮੈਂ ਦੱਸ ਰਿਹਾ ਇਹ ਤੁਹਾਨੂੰ ਗਾਂ ਸ਼ਾਰਟ ਟ੍ਰਿਕਸ ਦੇ ਗਾਂ ਕੰਮ ਆਣਗੀਆਂ ਠੀਕ ਹੈ ਜੀ ਇਹ ਤੁਹਾਡੀ ਫਰਸਟ ਜਨਰੇਸ਼ਨ ਵਿੱਚ ਆਣਗੇ ਠੀਕ ਹੈ ਜੀ ਹੁਣ ਇਹਨੂੰ ਆਪਾਂ ਫਰਸਟ ਜਨਰੇਸ਼ਨ ਲਿਖ ਦਿੰਨੇ ਆ ਠੀਕ ਹੈ ਤਾਂ ਕਿ ਤੁਸੀਂ ਗਾਂ ਜਾ ਕੇ ਉਹ ਨਾ ਹੋਊਂ ਠੀਕ ਹੈ ਜੀ ਉਦੋਂ ਬਾਅਦ ਜਿਹੜੀ ਤੁਸੀਂ ਹੋ ਜਿੰਦੇ ਵਿੱਚ ਤੁਸੀਂ ਆਨੇ ਹੋ ਇਹ ਹੈਗੀ ਤੁਹਾਡੀ ਹੈਗੀ ਜ਼ੀਰੋ ਜਨਰੇਸ਼ਨ ਜਿੰਦੇ ਵਿੱਚ ਤੁਹਾਨੂੰ ਜ਼ੀਰੋ ਮੰਨਣਾ ਆਪਦੇ ਆਪ ਨੂੰ ਵੀ ਤੁਸੀਂ ਜ਼ੀਰੋ ਜਨਰੇਸ਼ਨ ਚੋਂ ਠੀਕ ਹੈ ਤੁਹਾਡੀ ਪੀੜ੍ਹੀ ਵਾਲੇ ਸਾਰੇ ਜ਼ੀਰੋ ਜਨਰੇਸ਼ਨ ਚ ਆਨੇ ਜਿੱਥੇ ਤੁਸੀਂ ਠੀਕ ਹੈ ਤੁਹਾਨੂੰ ਨਾਲ-ਨਾਲ ਤਾਂ ਹੀ ਦੱਸ ਰਿਹਾ ਵੀ ਗਾਂ ਜਾ ਕੇ ਤੁਹਾਨੂੰ ਕਨਫਿਊਜ਼ ਨਾ ਹੋ ਕਿਉਂਕਿ ਟਰੀ ਬੋਲ ਵੱਡਾ ਬਣ ਜਾਣਾ ਹੁਣ ਫਾਦਰ ਦੇ ਵੀ ਗਾਂ ਪਿਓ ਤੇ ਮਤਲਬ ਕਿ ਮਾਂ ਹੁੰਦੇ ਆ ਮਤਲਬ ਕਿ ਜਿਵੇਂ ਤੁਹਾਡੇ ਦਾਦਾ ਦਾਦੀ ਠੀਕ ਹੈ ਜੀ ਹੁਣ ਉਹਨੂੰ ਦੇਖ ਲਓ ਆ ਤੁਹਾਡੇ ਮਦਰ ਹੋਗੇ ਠੀਕ ਹੈ ਇਹਨੂੰ ਆਪਾਂ ਕੀ ਕਵਾਂਗੇ ਗ੍ਰੈਂਡ ਮਦਰ grandmother ਕਿਉਂ ਕਵਾਂਗੇ ਕਿਉਂਕਿ ਦਾਦਾ ਦਾਦੀ ਨੇ ਆਪਣੀ ਤੇ ਇਹਨਾਂ ਨੂੰ ਕਵਾਂਗੇ grandfather ਠੀਕ ਹੈ grandfather ਕਿਹਨਾਂ ਨੂੰ ਕਵਾਂਗੇ ਤੁਹਾਡੇ ਦਾਦਾ ਜੀ ਠੀਕ ਹੈ ਜੀ ਇਹ ਤੁਹਾਡੇ grandfather ਬਣਗੇ ਜੇ ਮੰਨ ਲਓ ਸਪੋਜ਼ ਕਰੋ ਤੁਹਾਡੇ grandmother ਹੈ ਠੀਕ ਹੈ ਤੇ grandfather ਹੈ ਇਹਨਾਂ ਦੇ ਵੀ ਗਾਂ ਮਤਲਬ ਕਿ ਫਾਦਰ ਮਦਰ ਹੈ ਠੀਕ ਹੈ ਤੇ ਇਹਨਾਂ ਦੇ ਵੀ ਗਾਂ ਫਾਦਰ ਮਦਰ ਹੈ ਤੇ ਉਹਨਾਂ ਨੂੰ ਕੀ ਕਵਾਂਗੇ ਉਹਨਾਂ ਨੂੰ ਕਵਾਂਗੇ great grandmother ਠੀਕ ਹੈ great grandmother ਠੀਕ ਹੈ ਤੇ ਉਹਨਾਂ ਦੇ great grandfather ਠੀਕ ਹੈ ਜੀ ਇਥੋਂ ਤੱਕ ਜ਼ਿਆਦਾ ਕੁਸ਼ਚਨ ਆਂਦੇ ਨਹੀਂ ਤੇ ਬਟ ਇਹ ਹੈਗੇ ਸੈਕੰਡ ਜਨਰੇਸ਼ਨ ਵੱਜੂਗੀ ਠੀਕ ਹੈ ਜੀ ਆ ਸੈਕੰਡ ਜਨਰੇਸ਼ਨ ਵੱਜੂਗੀ ਗ੍ਰੈਂਡਫਾ ਗ੍ਰੈਂਡਫਾਦਰ ਤੇ ਗ੍ਰੈਂਡਮਾ ਦੀ ਆ ਜਿਹੜੀ ਹੈਗੀ ਗ੍ਰੇਟ ਗ੍ਰੈਂਡ ਮਦਰ ਤੇ ਗ੍ਰੈਂਡਫਾਦਰ ਦੀ ਹੋਊਗੀ ਠੀਕ ਹੈ ਜਿਹੜੇ ਤੁਹਾਡੇ ਮਾਪਿਓ ਦੇ ਮਾਪਿਓ ਠੀਕ ਹੈ ਉਹਨਾਂ ਦੇ ਗਾਮ ਲੋ ਜੀ ਦਾਦਾ ਤੇ ਪਰਦਾਦਾ ਠੀਕ ਹੈ ਪਰਦਾਦਿਆਂ ਨੂੰ ਆਪਾਂ ਕੀ ਕਹਾਂਗੇ 3rd ਜਨਰੇਸ਼ਨ ਵਿੱਚ ਲੈ ਕੇ ਆਵਾਂਗੇ ਜਿਵੇਂ ਤੁਹਾਡੇ ਮਮਾ ਦੇ ਵੀ ਹੋਣਗੇ ਗ੍ਰੈਂਡਫਾਦਰ ਮਦਰ ਉਹਨਾਂ ਨੂੰ ਵੀ ਜੀ ਜੀ ਗ੍ਰੇਟ ਗ੍ਰੈਂਡ ਫਾਦਰ ਤੇ ਗ੍ਰੇਟ ਗ੍ਰੈਂਡ ਮਦਰ ਕਹਾਂਗੇ ਇਹ ਵੀ 3 ਜਨਰੇਸ਼ਨ ਜਾਣਗੇ ਇੱਥੋਂ ਤੱਕ ਕੁਐਸਚਨ ਆਂਦੇ ਨਹੀਂ ਬਟ ਤੁਹਾਨੂੰ ਦੱਸਣਾ ਜ਼ਰੂਰੀ ਹੈ ਮੇਰਾ ਫਰਜ਼ ਹੈ ਠੀਕ ਹੈ ਜੀ ਹੁਣ ਅਗਲੀ ਆਪਾਂ ਕਰਦੇ ਆਂ ਇਹ ਜਦੋਂ ਇਹ ਫਾਦਰ ਦੇ ਬਣ ਗਏ ਮਦਰ ਫਾਦਰ ਹੁਣ ਮਦਰ ਦੇ ਜਿਵੇਂ ਤੁਹਾਡੇ ਨਾਨਾ ਨਾਨੀ ਆਹ ਤੁਹਾਡੇ ਨਾਨੀ ਆਗੇ ਮਦਰ ਇਹਨਾਂ ਨੂੰ ਵੀ ਆਪਾਂ ਗ੍ਰੈਂਡ ਗ੍ਰੈਂਡ ਮਦਰ ਕਹਾਂਗੇ ਹੁਣ ਤੁਹਾਨੂੰ ਕੰਪੇਅਰ ਜੇ ਤੁਹਾਨੂੰ ਕੁਐਸਚਨ ਦੇ ਵਿੱਚ ਕਿਵੇਂ ਪਤਾ ਲੱਗੂਗਾ ਵੀ ਇਹ ਮੰਮੀ ਦੇ ਹੈ ਕਿ ਫਾਦਰ ਦੇ ਉਹ ਵੀ ਦੱਸਦਾ ਤੁਹਾਨੂੰ ਠੀਕ ਹੈ ਜੀ ਉਹ ਵੀ ਭੁਲੇਖਾ ਤੁਹਾਡਾ ਅੱਜ ਕੱਢਦੇ ਆਪਾਂ ਠੀਕ ਹੈ ਆਗੇ ਗ੍ਰੇਟ ਗ੍ਰੈਂਡਫਾਦਰ ਆਗੇ ਠੀਕ ਹੈ ਇਹ ਵੀ ਤੁਹਾਡੇ ਸੈਕਿੰਡ ਜਨਰੇਸ਼ਨ ਬਣ ਗਏ ਠੀਕ ਹੈ ਇਹ ਸੈਕਿੰਡ ਜਨਰੇਸ਼ਨ ਤੇ ਬਾਅਦ ਚ ਤੁਹਾਨੂੰ ਪਤਾ ਹੀ ਹੈ ਜੇ ਇਹਨਾਂ ਦੇ ਮਤਲਬ ਕੀ ਕੋਈ ਮਦਰ ਹੋਗੇ ਫਾਦਰ ਹੋਗੇ ਇਹ ਬਣ ਕੇ ਗ੍ਰੇਟ ਗ੍ਰੈਂਡਫਾਦਰ ਗ੍ਰੇਟ ਗ੍ਰੈਂਡਮਦਰ ਫਿਰ ਇਹਦੇ ਜ ਵੀ ਇਹ 3rd ਜਨਰੇਸ਼ਨ ਵਾਲੇ ਹੋਗੇ ਠੀਕ ਹੈ ਜੀ ਫਾਦਰ ਤੇ ਗ੍ਰੇਟ ਗ੍ਰੈਂਡ ਮਦਰ ਇਹ ਸਾਰੇ ਆਗੇ 3rd ਜਨਰੇਸ਼ਨ ਵਾਲੇ ਉੱਪਰ ਇਥੋਂ ਤੱਕ ਦੇ ਕੁਐਸਚਨ ਆਉਂਦੇ ਨਹੀਂ ਠੀਕ ਹੈ ਜੀ ਇਥੋਂ ਤੱਕ ਠੀਕ ਹੈ 3rd ਜਨਰੇਸ਼ਨ ਤੱਕ ਇਹ 3rd ਜਨਰੇਸ਼ਨ ਤੇ 2nd ਜਨਰੇਸ਼ਨ 1st ਜਨਰੇਸ਼ਨ ਮੈਂ ਕਿਉਂ ਕਹਿ ਰਿਹਾ ਇਹ ਤੁਹਾਨੂੰ ਗਾਂ ਸ਼ਾਰਟ ਟ੍ਰਿਕਸ ਦੱਸੂਗਾ ਵੀ ਤੁਸੀਂ ਕੁਐਸਚਨ ਸੋਲਵ ਕਰਨਾ ਹੈ ਕੋਈ ਵੀ ਕੋਈ ਵੀ ਇੱਕੋ ਸੈਕਿੰਡ ਦੇ ਵਿੱਚ ਸੋਲਵ ਹੋ ਜਾਊਗਾ ਠੀਕ ਹੈ ਜੀ ਹੁਣ ਗਾਂ ਕੀ ਹੈ ਮੇਰੇ ਦੋਸਤੋ ਵੀ ਹੁਣ ਤੁਹਾਨੂੰ ਕਿਵੇਂ ਪਤਾ ਲੱਗੂਗਾ ਵੀ ਇਹ ਫਾਦਰ ਹੈ ਜਿਹੜੇ ਇਹ ਮਦਰ ਵਾਲੇ ਪਾਸੋਂ ਹੈ ਕਿ ਫਾਮ ਉਹਦੇ ਮਾ ਵਾਲੇ ਪਾਸੋਂ ਨੇ ਜੇ ਫਾਦਰ ਵਾਲੇ ਪਾਸੋਂ ਹੈ ਤਾਂ ਹਮੇਸ਼ਾ ਪੈਟਰਨਲ ਲੱਗੇਗਾ ਪੈਟਰਨਲ ਗ੍ਰੈਂਡ ਫਾਦਰ ਠੀਕ ਹੈ ਪੈਟਰਨਲ ਕੀ ਹੁੰਦਾ ਵੀ ਤੁਹਾਡੇ ਪ ਤਰਫੋਂ ਹੈ ਪੈਟਰਨਲ ਯਾਦ ਰੱਖ ਲਓ ਪੀ ਤੇ ਪਿਤਾ ਪੀ ਤੇ ਪੈਟਰਨਲ ਠੀਕ ਹੈ ਜੇ ਇਧਰ ਆ ਗਿਆ ਮਦਰ ਵਾਲੇ ਪਾਸੋਂ ਜੇ ਮਤਲਬ ਗ੍ਰੈਂਡਫਾਦਰ ਗ੍ਰੈਂਡਫਾਦਰ ਜੇ ਮੈਂ ਨਾਨਾ ਨਾਨੀ ਹੈ ਤਾਂ ਕੀ ਕਹਿਣਾ ਹੈ ਮੈਟਰਨਲ ਮ ਏ ਟੀ ਈ ਆਰ ਐਨ ਐਲ ਠੀਕ ਹੈ ਇਹ ਹੋ ਗਏ ਤੁਹਾਡੇ ਮੈਟਰਨਲ ਗ੍ਰੈਂਡ ਮਦਰ ਹੁਣ ਇਹ ਕੀ ਹੈ ਕੁਐਸਚਨ ਆ ਗਿਆ ਠੀਕ ਹੈ ਤੁਹਾਡੇ ਹੁਣ ਸਪੋਜ਼ ਕਰੋ ਹੁਣ ਤੁਹਾਨੂੰ ਕਿਸੇ ਨੇ ਕਿਹਾ ਵੀ ਤੁਹਾਡੀ ਮੰਮੀ ਦੀ ਮੰਮੀ ਦੀ ਜਿਹੜੀ ਭੈਣ ਹੈ ਉਹ ਤੁਹਾਡੀ ਕੀ ਲੱਗੂ ਫਿਰ ਤੁਸੀਂ ਕੀ ਕਹਿਣਾ ਹੈ ਗ੍ਰੈਂਡ ਆਂਟ ਠੀਕ ਹੈ A U N T ਆਂਟ ਮਤਲਬ ਤੁਹਾਡੀ ਮੰਮੀ ਦੀ ਭੈਣ ਠੀਕ ਹੈ ਜੇ ਤੁਹਾਡੇ ਫਾਦਰ ਦੀ ਹੈ ਉਸ ਜੇ ਕੁਐਸਚਨ ਵਿੱਚ ਲਿਖਿਆ ਹੈ ਗ੍ਰੇਟ ਮਤਲਬ ਕਿ ਗ੍ਰੈਂਡ ਮਦਰਸ ਆਂਟ ਮਤਲਬ ਗ੍ਰੈਂਡ ਮਦਰ ਆਂਟ ਠੀਕ ਹੈ ਗ੍ਰੈਂਡ ਮਦਰ ਆਂਟ ਮਤਲਬ ਕਿ ਤੁਹਾਡੀ ਆਂਟ ਲੱਗੂਗੀ ਕੋਈ ਇਦਾਂ ਦੇ ਕੁਸ਼ਨ ਦੇ ਵਿੱਚ ਕਲੂ ਦਿੱਤੇ ਹੁੰਦੇ ਆ ਬਟ ਜ਼ਿਆਦਾਤਰ ਤਾਂ ਹੀ ਪੁੱਛਿਆ ਦਾ ਗ੍ਰੈਂਡ ਆਂਟ ਕਿਹੜੀ ਆ ਤੁਹਾਡੀ ਮੰਮੀ ਦੀ ਮੰਮੀ ਦੀ ਭੈਣ ਠੀਕ ਹੈ ਫਾਦਰ ਦਾ ਭੈਣ ਭਰਾ ਉਹ ਵੀ ਆਇਆ ਹੋਊਗਾ ਅੰਕਲ ਜਾਂ ਆਂਟ ਠੀਕ ਹੈ ਇਹ ਤੁਸੀਂ ਖੁਦ ਹੀ ਮਤਲਬ ਦੋਵਾਂ ਪਾਸੇ ਐਂ ਲੱਗੂਗਾ ਠੀਕ ਹੈ ਜੀ ਮਦਰ ਦਾ ਗ੍ਰੈਂਡ ਮਦਰ ਨਾਨਾ ਨਾਨੀ ਦਾ ਵੀ ਮਤਲਬ ਆਂਟ ਤੇ ਅੰਕਲ ਤੇ ਠੀਕ ਹੈ ਦਾਦਾ ਦਾਦੀ ਦਾ ਵੀ ਆਂਟ ਤੇ ਅੰਕਲ ਜੀ ਉਹਨਾਂ ਦੇ ਭੈਣ ਭਰਾ ਐ ਹੁਣ ਆਪਾਂ ਗੱਲ ਕਰਨੇ ਆ ਆਪਣੀ ਜਨਰੇਸ਼ਨ ਠੀਕ ਹੈ ਹੁਣ ਦੂਬਾਰਾ ਕੀ ਹੈ ਹੁਣ ਆਪਣੇ ਮੰਨ ਲਓ ਸਪੋਜ਼ ਕਰੋ ਤੁਹਾਡਾ ਵਿਆਹ ਹੋ ਜਾਂਦਾ ਠੀਕ ਹੈ ਕਿਸੇ ਕੁੜੀ ਨਾਲ ਠੀਕ ਹੈ ਆ ਕੁੜੀ ਹੈ ਠੀਕ ਹੈ ਗਰਲ ਆ ਤੁਹਾਡੀ ਕੁੜੀ ਨਾਲ ਆ ਤੁਹਾਡਾ ਕੁੜੀ ਨਾਲ ਕਿਸੇ ਨਾਲ ਵਿਆਹ ਹੋ ਜਾਂਦਾ ਤੇ ਉਹਦੇ ਵੀ ਗਾ ਮਾ ਪਿਓ ਹੈ ਠੀਕ ਹੈ ਫਾਦਰ ਤੇ ਆ ਹੈ ਗਿਆ ਮਦਰ ਠੀਕ ਹੈ ਤੇ ਤੁਸੀਂ ਕੀ ਕਰਨਾ ਹੈ ਤੁਸੀਂ ਇਹਦੇ ਇਹ ਤੁਹਾਡਾ ਇਹ ਫਾਦਰ ਤੁਹਾਨੂੰ ਕੀ ਕਹੇਗਾ ਕੁੜੀ ਦਾ ਪਿਓ ਤੁਹਾਨੂੰ ਕੀ ਕਹੇਗਾ ਇਹ ਤੁਹਾਡੇ ਵੈਸੇ ਕੀ ਲੱਗਣਗੇ ਫਾਦਰ ਇਨ ਲਾ ਲੱਗਣਗੇ ਜੇ ਤੁਸੀਂ ਕਹੋਗੇ ਤਾਂ ਤੇ ਮਦਰ ਇਨ ਲਾ ਕਹੋਗੇ ਜੇ ਤੁਸੀਂ ਕਹੋਗੇ ਵੀ ਮੇਰੀ ਮਤਲਬ ਕਿ ਮੇਰੇ ਕੁੜਮਾ ਵਿੱਚੋਂ ਮੇਰੇ ਪਿਓ ਨੇ ਜਾਂ ਮੇਰੇ ਕੁੜਮਾ ਵਿੱਚੋਂ ਮੇਰੀ ਮਾਂ ਉਹਨੂੰ ਤੁਸੀਂ ਫਾਦਰ ਇਨ-ਲਾਅ ਲਾ ਦੇਣਾ ਠੀਕ ਹੈ ਹਮੇਸ਼ਾ ਹੁਣ ਜੇ ਇਹਨਾਂ ਨੇ ਤੁਹਾਨੂੰ ਕੁਝ ਕਹਿਣਾ ਆ ਤੇ ਕੁੜੀ ਕੁੜੀ ਨੂੰ ਕਹਿਣਗੀ ਵੀ ਮੇਰਾ ਸਨ ਇਨ-ਲਾਅ ਕਹਿਣਗੇ ਠੀਕ ਹੈ ਤੁਹਾਨੂੰ ਜੇ ਇਹਨਾਂ ਨੇ ਤੁਹਾਨੂੰ ਕੁਝ ਕਹਿਣਾ ਹੈ ਸਨ ਇਨ-ਲਾਅ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੇ ਤੁਹਾਡਾ ਵਿਆਹ ਹੋਊਗਾ ਤੇ ਉਹਨਾਂ ਦੇ ਕੁੜੀ ਦੇ ਮਾਪਿਓ ਤੁਹਾਨੂੰ ਸਨ ਇਨ-ਲਾਅ ਕਹਿਣਗੇ ਠੀਕ ਹੈ ਤੇ ਕੁੜੀ ਜੇ ਤੁਹਾਡੀ ਕੁੜੀ ਦੀ ਮਤਲਬ ਭੈਣ ਹੈ ਮਤਲਬ ਕਿ ਤੁਹਾਡੇ ਨਾਲ ਭੈਣ ਹੈ ਸਿਸਟਰ ਹੈ ਉਹ ਕਹਣਗੇ ਇਹ ਹੈਗੀ ਹੈ ਸਾਡੇ ਵਾਲ ਸਿਸਟਰ ਇਨ ਲਾ ਠੀਕ ਹੈ ਮਤਲਬ ਕਿ ਜਿਹੜੀ ਹੈਗੀ ਹੈ ਭੈਣ ਜਿਵੇਂ ਕੁੜੀ ਦੀ ਕੋਈ ਠੀਕ ਹੈ ਇਸ ਦੀ ਗਰਲ ਦੀ ਭੈਣ ਹੈ ਠੀਕ ਹੈ ਆ ਸਿਸਟਰ ਹੈ ਤੇ ਇਹਨੂੰ ਕਹੋ ਸਿਸਟਰ ਇਨ ਲਾ ਠੀਕ ਹੈ ਜਬ ਬ੍ਰਦਰ ਹੈ ਬ੍ਰਦਰ ਇਨ ਲਾ ਮਤਲਬ ਕਿ ਤੁਹਾਡਾ ਜਿਹੜੇ ਤੁਸੀਂ ਕੀ ਕਹੋਗੇ ਉਹਦੀ ਭੈਣ ਦੇ ਮਲੋਂ ਦੀ ਭੈਣ ਨੂੰ ਤੇ ਉਹਦੇ ਭਰਾ ਨੂੰ ਠੀਕ ਹੈ ਬ੍ਰਦਰ ਇਨ ਲਾ ਠੀਕ ਹੈ ਜੀ ਹੁਣ ਸਪੋਜ਼ ਕਰੋ ਵੀ ਤੁਹਾਡਾ ਤੁਹਾਡੀ ਭੈਣ ਹੈ ਤੁਹਾਡੀ ਭੈਣ ਦੇ ਵਿਆਹ ਹੋ ਗਿਆ ਤੇ ਤੁਸੀਂ ਉਹਨੂੰ ਕੀ ਕਹੋਗੇ ਤੁਸੀਂ ਉਹਨੂੰ ਐ ਕਹੋਗੇ ਬ੍ਰਦਰ ਇਨ ਲਾ ਕਿਉਂਕਿ ਕਿਉਂ ਤੁਸੀਂ ਉਹ ਤੁਹਾਡਾ ਜੀਜਾ ਜੀ ਹੈ ਉਹਨੂੰ ਇੰਗਲਿਸ਼ ਚ ਕੀ ਕਹੋਗੇ ਬ੍ਰਦਰ ਇਨ ਲਾ ਠੀਕ ਹੈ ਇਹ ਵੀ ਤੁਹਾਨੂੰ ਜਿਹੜੇ ਹੈਗੇ ਭੈਣ ਭਰਾ ਜਿਹੜੇ ਹੈਗੇ ਨੇ ਤੁਹਾਡੀ ਭੈਣ ਦੇ ਇਹ ਵੀ ਤੁਹਾਨੂੰ ਬ੍ਰਦਰ ਇਨ ਲਾ ਹੀ ਕਹਿਣਗੇ ਠੀਕ ਹੈ ਜੀ ਸਨ ਇਨ ਲਾ ਇਹ ਮਾਤਾ ਪਿਤਾ ਲਈ ਹੋਗਾ ਠੀਕ ਹੈ ਜੀ ਸੋ ਬ੍ਰਦਰ ਇਨ ਲਾ ਠੀਕ ਹੈ ਹੁਣ ਮੰਨ ਲਓ ਤੁਹਾਡੀ ਭੈਣ ਦੇ ਜਵਾਕ ਹੁੰਦੇ ਆ ਜਵਾਕ ਹੁੰਦੇ ਆ ਤੇ ਇੱਕ ਹੁੰਦਾ ਕੁੜੀ ਹੁੰਦੀ ਹੈ ਤੇ ਇੱਕ ਹੁੰਦਾ ਮੁੰਡਾ ਠੀਕ ਹੈ ਤੁਸੀਂ ਕਹੋਗੇ ਹਨਾ ਮਾਮਾ ਤੁਸੀਂ ਤਾਂ ਮਾਮੇ ਹੋ ਠੀਕ ਹੈ ਤੁਸੀਂ ਕਹੋਗੇ ਪਾਂਜਾ ਪਾਂਜੀ ਠੀਕ ਹੈ ਜੀ ਠੀਕ ਹੈ ਪੰਜਾ ਪੰਜੀ ਦੇ ਵਿੱਚ ਕੀ ਆ ਗਿਆ ਆਪਾਂ ਇੰਗਲਿਸ਼ ਚ ਲਿਖਦੇ ਹੁੰਦੇ ਆ ਵਰਡ ਨੀਸ ਠੀਕ ਹੈ ਜੇ ਕੁੜੀ ਹੋਈ ਹੋਵੇ ਜੇ ਕੁੜੀ ਹੋਈ ਹੋਵੇ ਨੀਸ ਜਿਹਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਨੀਸ ਕਹਿ ਦਿੰਨੇ ਆ ਠੀਕ ਹੈ ਜੇ ਇੱਕ ਮੁੰਡਾ ਹੋਇਆ ਹੋਵੇ ਬੋਏ ਹੋਇਆ ਹੋਵੇ ਤਾਂ ਉਹਨੂੰ ਕੀ ਕਹਿੰਦੇ ਆ ਨੇਫਿਊ ਠੀਕ ਹੈ ਇਹ ਸ਼ਬਦ ਤੁਹਾਡੇ ਪੰਜਾ ਪੰਜੀ ਲਈ ਵੀ ਸੇਮ ਵਰਤਿਆ ਜਾਵੇਗਾ ਜੇ ਤੁਹਾਡੇ ਭਰਾ ਦੇ ਕੋਈ ਕੁੜੀ ਮੁੰਡਾ ਹੋਇਆ ਹੈ ਉਹਨਾਂ ਲਈ ਵੀ ਸੇਮ ਵਰਤੇ ਜਾਣਗੇ ਜੇ ਕੁੜੀ ਮੁੰਡਾ ਹੈ ਬਸ ਉਹਦੇ ਵਿੱਚ ਕੀ ਹੈ ਭਤੀਜਾ ਤੇ ਭਤੀਜੀ ਹੋ ਜਾਂਦਾ ਠੀਕ ਹੈ ਜੀ ਜੇ ਤੁਹਾਡੀ ਮਤਲਬ ਭਰਾ ਦੇ ਤੁਸੀਂ ਆਪ ਸੋਚ ਲਓ ਜੇ ਤੁਹਾਡੇ ਭਰਾ ਦੇ ਕੋਈ ਮੁੰਡਾ ਕੁੜੀ ਹੋਏ ਆ ਤੁਸੀਂ ਉਹਨੂੰ ਕੀ ਕਹੋਗੇ ਜੇ ਭਤੀਜੀ ਹੋਈ ਹੈ ਤੁਹਾਡੇ ਭਰਾ ਦੇ ਤੁਸੀਂ ਭਤੀਜੀ ਕਹੋਗੇ ਤਾਂ ਨੀਸ ਕਹਿਣਾ ਇਹ ਸ਼ਬਦ ਦੋਵਾਂ ਲਈ ਸੇਮ ਹੀ ਰਹਿਣਗੇ ਬਸ ਜੇ ਪੰਜਾਬੀ ਵਿੱਚ ਆਪਾਂ ਕਰੀਏ ਭਤੀਜਾ ਭਤੀਜੀ ਪੰਜਾ ਪੰਜੀ ਇਹ ਸਿਰਫ ਐ ਬਦਲ ਜਾਂਦੇ ਆ ਆਪਣੇ ਮਤਲਬ ਕਿ ਵਿਆਹ ਤੋਂ ਮਤਲਬ ਕਿ ਜੇ ਭੈਣ ਭੈਣ ਦੇ ਘਰੇ ਹੋਵੇ ਜਾਂ ਭਰਾ ਦੇ ਘਰੇ ਹੋਵੇ ਠੀਕ ਹੈ ਜੀ ਹੁਣ ਉਦੋਂ ਬਾਅਦ ਕੀ ਹੈ ਜੇ ਮੰਨ ਲਓ ਤੁਹਾਡੇ ਭਰਾ ਦਾ ਤੁਹਾਡੇ ਫਾਦਰ ਦੇ ਭਰਾ ਨੇ ਤੁਹਾਡੇ ਫਾਦਰ ਜਿਹੜੇ ਅਸਲੀ ਫਾਦਰ ਹੋਣ ਜਿਹੜੇ ਤੁਹਾਡੇ ਫਾਦਰ ਹੈ ਉਸ ਦਾ ਕੋਈ ਬ੍ਰਦਰ ਹੈ ਠੀਕ ਹੈ ਜਾਂ ਭੈਣ ਹੈ ਉਹਨੂੰ ਤੁਸੀਂ ਕੀ ਕਹੋਗੇ ਉਹਨੂੰ ਕਿਹੜੇ ਨਾਮ ਨਾਲ ਕਹੋਗੇ ਤੁਸੀਂ ਉਹਨਾਂ ਨੂੰ ਕਹੋਗੇ ਅੰਕਲ ਤੇ ਆਂਟ ਠੀਕ ਹੈ ਜਿਵੇਂ ਆਪਾਂ ਉੱਪਰ ਕਿਹਾ ਸੀ ਗ੍ਰੈਂਡ ਮਦਰ ਆਂਟ ਗ੍ਰੈਂਡ ਮਦਰ ਅੰਕਲ ਇਹ ਕੁਐਸਚਨ ਵੈਸੇ ਉੱਪਰ ਆਂਟ ਤੱਕ ਆਂਦੇ ਨਹੀਂਗੇ ਕਨਸਟੇਬਲ ਦੇ ਵਿੱਚ ਕਨਸਟੇਬਲ ਦੇ ਵਿੱਚ ਬਹੁਤ ਨਾਰਮਲ ਆਂਦੇ ਆ ਇਹ ਆਪਾਂ ਕੀ ਕਰਨੇ ਆ ਹੁਣ ਫਰਸਟ ਜਨਰੇਸ਼ਨ ਕੀ ਆ ਆ ਜਿਹੜੀ ਤੁਹਾਡੇ ਦਾ ਨੀਸ ਵਗੈਰਾ ਜੰਮੇ ਆ ਇਹ ਸਾਰੇ ਹੈਗੇ ਮਾਈਨਸ ਜਨਰੇਸ਼ਨ ਮਾਈਨਸ 1 ਜਨਰੇਸ਼ਨ ਠੀਕ ਹੈ ਤੇ ਜਿਹੜੇ ਤੁਹਾਡੇ ਆ ਫਾਦਰ ਹੈ ਤੇ ਮਦਰ ਹੈ ਇਹ ਹੈਗੇ ਸਾਰੇ ਤੁਹਾਡੇ ਫਰਸਟ ਜਨਰੇਸ਼ਨ ਜਿਵੇਂ ਤੁਹਾਡੇ ਆ ਫਾਦਰ ਮਦਰ ਹੈ ਠੀਕ ਹੈ ਆ ਵਾਲੇ ਠੀਕ ਹੈ ਜੀ ਇਹ ਫਰਸਟ ਜਨਰੇਸ਼ਨ ਉਹ ਵੀ ਫਾਦਰ ਹੈ ਉਹ ਵੀ ਫਾਦਰ ਹੈ ਜਿਹੜੇ ਗ੍ਰੈਂਡ ਲੱਗ ਜਾਂਦਾ ਉਹ ਆ ਜਾਂਦੇ ਸੈਕਿੰਡ ਜਨਰੇਸ਼ਨ ਜਿਹੜੇ ਗ੍ਰੇਟ ਗ੍ਰੈਂਡ ਆ ਜਾਂਦਾ ਉਹ ਆ ਜਾਂਦੇ ਥਰਡ ਜਨਰੇਸ਼ਨ ਹੁਣ ਤੁਸੀਂ ਕਹੋਗੇ ਆ ਅੰਕਲ ਆਂਟ ਕਿਹੜੀ ਜਨਰੇਸ਼ਨ ਚ ਹੈ ਇਹ ਵੀ ਤੁਹਾਡੇ ਫਾਦਰ ਵਾਲੀ ਜਨਰੇਸ਼ਨ ਹੈ ਕਿਉਂਕਿ ਉਹ ਵੀ ਤੁਹਾਡੇ ਪਿਤਾ ਦੀ ਉਮਰ ਦੇ ਹੈ ਹੁਣ ਜੇ ਮੰਨ ਲਓ ਸਪੋਜ਼ ਕਰੋ ਵੀ ਤੁਸੀਂ ਉਹ ਤੁਸੀਂ ਕਿਹੜੀ ਜਨਰੇਸ਼ਨ ਹੋ ਜ਼ੀਰੋ ਹੋ ਤੁਹਾਡੇ ਤੁਹਾਡੀ ਉਮਰ ਦੇ ਜਿੰਨੇ ਵੀ ਲੋਕ ਹੈ ਕੁਛ ਵੀ ਆ ਜਾਂਦਾ ਮਤਲਬ ਕਿ ਕੋਈ ਵੀ ਆ ਜਾਂਦਾ ਤੁਹਾਡੀ ਮਤਲਬ ਕਿ ਤੁਹਾਡੀ ਬਰਾਬਰੀ ਚ ਤਾਂ ਉਹ ਸਾਰੇ ਜ਼ੀਰੋ ਜਨਰੇਸ਼ਨ ਰਹਿਣਗੇ ਠੀਕ ਹੈ ਜੀ ਇਹ ਹੁਣ ਮੈਂ ਜਨਰੇਸ਼ਨਾਂ ਕਿਉਂ ਦੱਸੀਆਂ ਇਹ ਤਾਂ ਦੱਸੀਆਂ ਤੁਹਾਨੂੰ ਅੱਗੇ ਸ਼ਾਰਟ ਟ੍ਰਿਕ ਐ ਇੰਨੀਆਂ ਸੋਹਣੀਆਂ ਦੱਸੂਗਾ ਤੁਸੀਂ ਬਿਨਾ ਮਤਲਬ ਕਿ ਕੁਸ਼ਣ ਨੂੰ ਉਹ ਕਿਤੇ ਡਰਾ ਕਿਤੇ ਤੁਸੀਂ ਕਰ ਲਓਗੇ ਹੱਲ ਹੁਣ ਤੁਸੀਂ ਇੱਕ ਵਾਰੀ ਓਵਰਵਿਊ ਲੈ ਲਓ ਸਕਰੀਨਸ਼ਾਟ ਲੈ ਲਓ ਤੇ ਇਸ ਨੂੰ ਖੁਦ ਡਰਾ ਕਰਕੇ ਵੇਖਿਓ ਵੀਡੀਓ ਨੂੰ ਠੀਕ ਹੈ ਜੀ 10 ਮਿੰਟ ਦੀ ਵੀਡੀਓ ਵਿੱਚ ਤੁਹਾਨੂੰ ਮੈਂ ਬਹੁਤ ਕੁਝ ਦੱਸ ਦਿੱਤਾ ਤੇ ਇਸ ਨੂੰ ਕਰੇ ਬੈਠ ਕੇ ਇੱਕ ਵਾਰੀ ਐਨਾਲਿਸਿਸ ਕਰਿਓ ਵੀ ਤੁਸੀਂ ਡੇਲੀ ਮਤਲਬ ਕਿ ਆਪਦੇ ਮਾਪੇ ਉਹਨੂੰ ਪਗਈਓ ਵੀ ਤੁਹਾਡਾ ਮਤਲਬ ਕਿ ਜਿਹੜੇ ਗ੍ਰੈਂਡਫਾਦਰ ਹੈ ਉਹਨਾਂ ਦਾ ਨਾਮ ਕੀ ਆ ਇਦਾਂ ਇਦਾਂ ਕਰਕੇ ਹੁਣ ਜੇ ਮੰਨ ਲਓ ਸਪੋਜ਼ ਕਰੋ ਉਹਨਾਂ ਨੇ ਕਿਹਾ ਵੀ ਤੁਹਾਡੀ ਪਿਓ ਦਾ ਮਤਲਬ ਪਿਓ ਦੀ ਮਾਂ ਨੂੰ ਕੀ ਕਹੋਗੇ ਤੁਸੀਂ ਤੁਸੀਂ ਇੱਥੇ ਕਹੋਗੇ ਪੈਟਰਨਲ ਗ੍ਰੈਂਡ ਮਦਰ ਠੀਕ ਹੈ ਇਹ ਕੁਐਸਚਨ ਦੇ ਵਿੱਚ ਪੁੱਛਿਆ ਹੋਊਗਾ ਕਵੈਸਚਨ ਤੁਹਾਨੂੰ ਮੈਂ ਦੱਸੂਗਾ ਅਗਲੇ ਅਗਲੀ ਵੀਡੀਓ ਦੇ ਵਿੱਚ ਆਪਾਂ 7 ਵੀਡੀਓਸ ਟੋਟਲ ਪਾਣੀ ਹੈ ਹਰੇਕ ਟਾਈਪ ਦੀ ਪਾਵਾਂਗੇ ਤੇ ਜ਼ਿਆਦਾ ਲੰਮੀ ਨਹੀਂ ਲੈ ਕੇ ਜਾਣੀ ਆਪਾਂ 1 ਜਾਂ 2 ਕਵੈਸਚਨ ਹਰ ਵੀਡੀਓ ਚ ਕਰਿਆ ਕਰਾਂਗੇ ਕਿਉਂਕਿ ਇਹ ਕਵੈਸਚਨ ਥੋੜੇ ਹੁੰਦੇ ਆ ਡਿਫਿਕਲਟ ਕਨਸਟੇਬਲ ਦੇ ਵਿੱਚ 3 ਤੋਂ 4 ਕਵੈਸਚਨ ਪੁੱਛੇ ਜਾਂਦੇ ਆ ਸਬ ਇਨਸਪੈਕਟਰ ਦੇ ਵਿੱਚ 5 ਤੋਂ 6 ਪੁੱਛੇ ਗਏ ਸੀਗੇ ਮਤਲਬ ਕਿ ਪਿਛਲੇ ਸਾਲਾਂ ਚ ਮੈਂ ਵੇਖਿਆ ਠੀਕ ਹੈ ਜੀ ਕਈਆਂ ਵਿੱਚ ਜ਼ਿਆਦਾ ਪੁੱਛੇ ਗਏ ਸੀ ਕਈਆਂ ਘੱਟ ਬਸ weight ਇਹਨਾਂ ਦੀ 5 4 ਜਾਂ 5 ਦੇ ਵਿੱਚ ਵਿੱਚ ਰਹਿੰਦੀ ਆ ਇਹ ਤੁਹਾਡੇ ਫ੍ਰੀ ਦੇ 4 ਜਾਂ 5 ਨੰਬਰ ਆ ਜੇ ਇਹਦੇ ਵਿੱਚ ਤਾਂ ਚੋ ਕੁਝ ਤੁਹਾਡੇ 4 ਨੰਬਰ ਦਾ ਹੁੰਦਾ ਇਹਦੇ ਵਿੱਚ ਇੱਕ ਨੰਬਰ ਦਾ ਹੁੰਦਾ ਹੈ ਨਾ ਜੀ ਸੋ ਇਸ ਕਰਕੇ ਤੁਸੀਂ ਇਸ ਤੋਂ ਫ੍ਰੀ ਚ ਨੰਬਰ ਲੈ ਸਕਦੇ ਹੋ ਜੇ ਤੁਸੀਂ ਮੇਰੀ ਸਾਰੀ ਵੀਡੀਓਜ਼ ਦੇਖੋਗੇ ਬਲੱਡ ਰਿਲੇਸ਼ਨ ਦੀਆਂ ਅੱਜ ਆਪਾਂ ਬੇਸਿਕਲੀਅਰ ਕੀਤਾ ਵੀ ਹੁਣ ਤੁਸੀਂ ਘਰੇ ਬੈਠ ਕੇ ਆਪਦੇ ਮਾਪਿਆਂ ਨਾਲ ਸਾਂਝੀਆਂ ਕਰਨੀਆਂ ਵੀ ਤੁਹਾਨੂੰ ਕੀ ਕਹਾਂਗੇ ਜੇ ਅਗਾ ਆਪਾਂ ਮਦਰ ਦੇ ਕੋਲ ਕਹਿੰਦੇ ਆ ਮਦਰ ਠੀਕ ਹੈ ਮੈਟਰਨਲ ਗ੍ਰੈਂਡ ਫਾਦਰ ਜਾਂ ਮਦਰ ਠੀਕ ਹੈ ਇਹ ਤੁਹਾਡੇ ਸਾਰੇ ਮਤਲਬ ਕਹਿਣ ਦਾ ਪਾਉ ਜੇ ਤੁਸੀਂ ਇਹ ਡਰਾ ਕਰ ਲਿਆ ਪੇਜ ਨੂੰ ਇੱਕ ਦੀਵਾਰ ਤੇ ਲਾ ਲਿਓ ਮੈਂ ਕਹਿੰਨਾ ਤੁਸੀਂ ਜਦੋਂ ਕੋਸ਼ਣ ਹੱਲ ਕਰੋਗੇ ਤੁਸੀਂ ਵਧੀਆ ਤਰੀਕੇ ਨਾਲ ਸਾਫ਼-ਸਾਫ਼ ਤਰੀਕੇ ਨਾਲ ਲਿਖ ਲਿਓ ਇਹ ਮੈਂ ਤੁਹਾਨੂੰ ਸਮਝਾਣਾ ਸੀ ਤਾਂ ਕਰਕੇ ਥੋੜੀ ਜੀ ਮੈਨੂੰ ਪ੍ਰੋਬਲਮ ਆ ਰਹੀ ਹੈ ਬਾਕੀ ਇਹ ਨਾ ਸੋਚਿਓ ਵੀ ਮੇਰੇ ਕੋਲ ਮਤਲਬ ਕਿ ਵਾਈਟ ਬੋਰਡ ਹੈ ਨਹੀਂ ਤੇ ਸਕੈਚ ਹੈ ਨਹੀਂ ਤੇ ਮੈਂ ਸਮਝਾਉਣ ਦਾ ਤਰੀਕਾ ਵਧੀਆ ਨਹੀਂ ਬੱਚਿਓ ਇਹ ਜਿਹੜੀ ਤਰੀਕਾ ਨੇ ਤੁਹਾਨੂੰ ਕਿਸੇ ਨੇ ਸਮਝਾਣਾ ਨਹੀਂ ਤੁਹਾਨੂੰ ਹਮੇਸ਼ਾ ਇੰਸਟੀਚੂਟ ਵਾਲੇ ਇਹੋ ਜੀਆਂ ਚੀਜ਼ਾਂ ਕਰਦੇ ਰਹਿੰਦੇ ਆ ਬਿੰਦੂ ਲਾ ਕੇ ਕਹਿਣਗੇ ਤੁਸੀਂ ਉਹ ਆ ਉੱਪਰ ਜਾ ਕੇ ਆ ਆ ਤੁਹਾਡੇ ਜਿਹੜੇ ਫਾਦਰ ਮਦਰ ਆ ਆ ਗ੍ਰੈਂਡਫਾਦਰ ਇਹਨਾਂ ਦੇ ਆਂਟੀ ਉਂਟੀ ਇਹ ਤੁਹਾਨੂੰ ਸਮਝ ਹੀ ਨਹੀਂ ਆਣਾ ਜਾਂ ਫਿਰ ਕਰਦੇ ਰਹਿਣਗੇ ਪਲੱਸ ਮਾਈਨਸ ਮੇਲ ਫੀਮੇਲ ਉਹ ਚੀਜ਼ਾਂ ਤੁਹਾਡੇ ਪੱਲੇ ਨਹੀਂ ਪੈਣੀਆਂ ਤੁਹਾਨੂੰ ਅਗਲੀ ਵੀਡੀਓ ਚ ਦੇਖਿਓ ਤੁਹਾਨੂੰ ਫੀਮੇਲ ਤੇ ਮੇਲ ਦਾ ਕਿਵੇਂ ਦੱਸਾਂਗੇ ਵੀ ਕਿਵੇਂ ਤੁਸੀਂ ਰੱਖਣਾ ਆਪਦਾ ਠੀਕ ਹੈ ਸਿਸਟਮ ਜਿਆ ਤੁਹਾਨੂੰ ਸਾਰਾ ਕਲੀਅਰ ਕਰਾਂਗੇ ਇੱਕ ਵਾਰੀ ਤੁਸੀਂ ਓਵਰਵਿਊ ਦੀ ਸਕਰੀਨਸ਼ਾਟ ਲੈ ਕੇ ਕਰੇ ਤਿਆਰ ਕਰੋ ਤੇ ਤੁਹਾਨੂੰ ਮੈਂ ਵੇਟੇ ਦੱਸਤੀ ਬਾਕੀ ਪੀਪੀਐਸਸੀ ਠੀਕ ਹੈ ਪੰਜਾਬ ਪੁਲਿਸ ਐਸਆਈ ਕਨਸਟੇਬਲ ਠੀਕ ਹੈ ਹੋਰ ਵੀ ਪੰਜਾਬ ਦੇ ਸਟੇਟ ਦੇ ਵਿੱਚ ਇਹ ਜਿਹੜਾ ਹੈਗਾ ਚੈਪਟਰ ਆਣਾ ਹੀ ਆਣਾ ਸੋ ਆਪਣੇ ਭਰਾ ਨੂੰ ਇਦਾਂ ਹੀ ਸਪੋਰਟ ਦੇਈਓ ਲਾਈਕ ਕਰਿਓ ਵੀਡੀਓ ਨੂੰ ਕਮੈਂਟ ਸੈਕਸ਼ਨ ਵਿੱਚ ਸੁਝਾਅ ਦੇਈਓ ਤੇ ਬੈਲ ਆਈਕਨ ਪ੍ਰੈਸ ਕਰਨਾ ਭੁੱਲਿਓ ਨਾ ਆਉਣ ਵਾਲੀ ਵੀਡੀਓਜ਼ ਦੇ ਵਿੱਚ ਜਿਹੜੇ ਕੁਸ਼ਨ ਹੋਣਗੇ ਉਹਨਾਂ ਨਾਲ ਤੁਸੀਂ ਈਜ਼ੀ ਸਮਝੋਗੇ ਠੀਕ ਹੈ ਜੀ ਜਿਹੜੀਆਂ ਟਾਈਪਸ ਆਉਂਦੀਆਂ ਸਬ ਇਨਸਪੈਕਟਰ ਕਨਸਟੇਬਲ ਜਾਂ ਫਿਰ ਹੋਰ ਐਗਜ਼ਾਮ ਦੇ ਵਿੱਚ ਉਹ ਸਾਰੀਆਂ ਕਲੀਅਰ ਕਰੂੰਗਾ ਮੈਂ ਇੱਕ ਤੋਂ ਲੈ ਕੇ ਸੱਤ ਵੀਡੀਓ ਐ ਜਿਹੜੀਆਂ ਪੜ੍ਹਣੀਆਂ ਸੱਤੀਆਂ ਸੱਤੇ ਵੀਡੀਓ ਆਪਾਂ ਕਲੀਅਰ ਕਰਾਂਗੇ ਠੀਕ ਹੈ ਜੀ ਸੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੈ ਹਿੰਦ